ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਨਿਕਲ ਕੇ ਆ ਚੁੱਕੇ ਹੈ ਜੀ ਪੋਸਟ ਆਫਿਸ ਦੇ ਲਈ ਪੋਸਟ ਆਫਿਸ ਦਾ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜਾ ਜੀ ਉਹ ਆਊਟ ਕਰ ਦਿੱਤਾ ਗਿਆ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ Google 'ਚ ਜਾਣਾ ਹੈ ਔਰ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੋਵੇਗਾ meetacademy.xyz ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜਾਂਦੀ ਹੈ ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਦਿੱਤੇ ਨੇ ਤੁਸੀਂ ਲੈ ਸਕਦੇ ਹੋ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੇ ਜੌਬ ਰਿਲੇਟਡ ਅਪਡੇਟ ਲੈ ਕੇ ਆਂਦਾ ਹੀ ਰਾਵਾਂਗਾ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਇਹ ਨੋਟੀਫਿਕੇਸ਼ਨ ਜਿਹੜਾ ਜੀ ਉਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਕਮਿਊਨੀਕੇਸ਼ਨ ਡਿਪਾਰਟਮੈਂਟ ਆਫ ਪੋਸਟ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਇਹ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਨੋਟੀਫਿਕੇਸ਼ਨ ਜਿਹ ਜਿਹੜਾ ਕਿ ਮੇਲ ਮੋਟਰ ਸਰਵਿਸ ਯੂਨਿਟ ਚੰਡੀਗੜ੍ਹ ਵਿੱਚ ਆਊਟ ਕੀਤਾ ਗਿਆ ਜੀ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਨੋਟੀਫਿਕੇਸ਼ਨ ਜਿਹੜਾ ਹੈ ਉਹ ਆਊਟ ਕੀਤਾ ਗਿਆ ਹੈ ਸਟਾਫ ਕਾਰ ਡਰਾਈਵਰ ਲਈ ਜਿਹਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਰਹਿਣ ਵਾਲੀ ਹੈ 19900 ਸਟਾਰਟਿੰਗ ਸੈਲਰੀ ਹੈ 63200 ਜਿਹੜੀ ਹੈ ਉਸ ਦੇ ਵਿੱਚ ਰਹੇਗੀ ਠੀਕ ਹੈ ਜੀ ਸੋ ਇਸ ਦੇ ਵਿੱਚ ਬਾਕੀ ਜਿਹੜੀ ਤੁਹਾਨੂੰ ਪੇ ਹੈ ਰਿਵਾਈਜ਼ਡ ਪੇ ਰਹੀ ਗਈ ਜਾਂ ਹੋਰ ਕੋਈ ਬੈਂਡ ਹੋਏਗਾ ਤੁਹਾਨੂੰ ਉੱਚ ਪੇ ਕੀਤਾ ਜਾਵੇਗਾ ਤੇ ਗ੍ਰੇਡ ਪੇ ਵਿੱਚ ਤੁਹਾਨੂੰ ਮਿਲੇਗਾ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਹੜੀਆਂ ਵੈਕੈਂਸੀਜ਼ ਨੇ ਉਹਦੇ ਲਈ 18 ਤੋਂ ਲੈ ਕੇ 27 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਔਰ ਪਲੱਸ ਇਸ ਦੇ ਵਿੱਚ ਏ ਇਸ ਰੈਲੈਕਸੇਸ਼ਨ ਜਿਹੜੀ ਹੈ 3 ਤੋਂ ਲੈ ਕੇ ਜਿਹੜੀ ਹੈ ਉਹ ਮਿਲੇਗੀ ਠੀਕ ਹੈ ਜੀ 40 ਇਅਰ ਤੱਕ ਦੇ ਕੈਂਡੀਡੇਟ ਐਲੀਜੀਬਲ ਹੋਣਗੇ ਉਹ ਅਪਲਾਈ ਕਰ ਪਾਣਗੇ ਜੀ ਠੀਕ ਹੈ ਜੀ ਸੋ ਚੈੱਕ ਕਰਕੇ ਤੁਸੀਂ ਅਪਲਾਈ ਕਰਨਾ ਹੈ ਇਸ ਦੇ ਵਿੱਚ ਤੁਹਾਨੂੰ ਪਰਬੋਸ਼ ਪਰਬੀਸ਼ਨ ਪੀਰੀਅਡ 2 ਸਾਲ ਦਾ ਜਿਹੜਾ ਹੈ ਜੋ ਸਰਵ ਕਰਨਾ ਪਏਗਾ ਜੋ ਕਿ ਇਹਨਾਂ ਨੇ ਇੱਥੇ ਲਿਖਿਆ ਹੀ ਹੋਇਆ ਹੈ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗ ਅਤੇ ਹੈਵੀ ਮੋਟਰ ਵਹੀਕਲ ਦੋਨੋਂ ਹੀ ਹੋਣੇ ਉਹ ਲਾਜ਼ਮੀ ਹੋਣਗੇ ਅਗਰ ਉਹ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਨਹੀਂ ਕਰ ਸਕਦੇ ਨੌਲੇਜ ਹੋਣੀ ਚਾਹੀਦੀ ਹੈ ਮੋਟਰ ਮੈਕੈਨਿਜ਼ਮ ਦੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪਲੱਸ ਤੁਹਾਨੂੰ ਡਰਾਈਵਿੰਗ ਕਰਨ ਦੇ ਐਕਸਪੀਰੀਅੰਸ ਹੋਣਾ ਉਹ ਲਾਜ਼ਮੀ ਹੋਵੇਗਾ ਔਰ ਇਸ ਦੇ ਨਾਲ 10th ਪਾਸ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਥੇ ਇਸ ਦੇ ਵਿੱਚ ਐਗਜ਼ਾਮੀਨੇਸ਼ਨ ਜਿਹੜਾ ਦੋ ਸਟੇਜਿਸ ਦਾ ਹੋਏਗਾ ਪਹਿਲਾ ਜਿਹੜਾ ਤੁਹਾਡਾ ਥਿਉਰੀ ਟੈਸਟ ਹੋਏਗਾ ਜਿਸ ਵਿੱਚ ਜਨਰਲ ਨੋਲੇਜ ਸੈਂਪਲਰ ਅਰਿਥਮੈਟਿਕ ਜੈਂ ਉਸ ਤੋਂ ਬਾਅਦ ਜਨਰਲ ਇੰਟੈਲੀਜੈਂਸ ਰੀਜ਼ਨਿੰਗ ਮੋਟਰ ਮਕੈਨਿਜ਼ਮ ਟ੍ਰੈਫਿਕ ਰੂਲ ਸਿਗਨਲ ਰੈਗੂਲੇਸ਼ਨ ਦੇ 80 ਮਾਰਕਸ ਹੋਣਗੇ ਔਰ ਇਸੇ ਦੇ ਨਾਲ ਪ੍ਰੈਕਟੀਕਲ ਟੈਸਟ ਹੋਏਗਾ ਉਸ ਤੇ ਬੇਸਿਸ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜੀ ਇਸ ਦੇ ਵਿੱਚ ਹੋਣੀ ਹੈ ਜੀ ਬਾਕੀ ਇਸ ਦੇ ਵਿੱਚ ਕੁਆਲੀਫਿਕੇਸ਼ਨ ਔਰ ਡਿਟੇਲ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਕਿਹੜੇ ਕੁਐਸਚਨ ਕਿੰਨੇ ਮਾਰਕਸ ਦੇ ਰਹਿਣਗੇ ਤੇ ਕਿੱਥੋਂ ਕਿੱ ਇਦੇ ਲਈ ਤੁਸੀਂ ਜਿਹੜਾ ਹੈ ਜੀ ਅਪਲਾਈ ਕਰਨਾ ਹੋਵੇਗਾ ਠੀਕ ਹੈ ਜੀ ਕੰਪਲੀਟ ਭਰ ਕੇ ਫਾਰਮ ਜਿਹੜਾ ਹੈ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਭੇਜਣਾ ਹੈ ਇਹ ਫਾਰਮ ਤੁਸੀਂ ਦੇਖ ਪਾ ਰਹੇ ਹੋ ਜੀ ਇਹ ਐਪਲੀਕੇਸ਼ਨ ਫਾਰਮ ਦਾ A4 ਸ਼ੀਟ ਜਿਹੜੀ ਹੈ ਤੁਸੀਂ ਇਹ ਪ੍ਰਿੰਟ ਆਊਟ ਲੈ ਲੈਣਾ ਹੈ ਜੀ ਔਰ ਇਹਨਾਂ ਨੂੰ ਭਰ ਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਜਿਹੜਾ ਹੈ ਉਹ ਤੁਸੀਂ ਭੇਜਣਾ ਹੋਵੇਗਾ ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਦੇ ਦੇਵਾਂਗਾ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਮਿਲਦੇ ਆਂ ਜੀ ਨਵੇਂ ਨੋਟੀਫ